ਤੋ ਜ਼ਿਕਰੋ ਸੰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਵੀਰਵਾਰ ਯਾਨੀ 29 ਜੂਨ 2023 ਤੋਂ ਲੋਕ ਇੱਕ ਨਵੀਂ ਪ੍ਰੋਵਿੰਸ਼ੀਅਲ ਆਨਲਾਈਨ ਬੁਕਿੰਗ ਸਿਸਟਮ ਰਾਹੀਂ ਫਾਰਮਾਸਿਸਟ ਨੂੰ ਮਿਲਣ ਦੇ ਲਈ ਇੱਕ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਲੋੜੀਂਦੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਹੋਰ ਵੀ ਆਸਾਨ ਅਤੇ ਵਧੇਰੇ ਸੁਵਿਧਾਜਨਕ ਹੋ ਜਾਵੇਗਾ ਨਵਾਂ ਆਨਲਾਈਨ ਬੁਕਿੰਗ ਸਿਸਟਮ ਗੈਟ ਵੈਕਸੀਨੇਟਿਡ ਸਿਸਟਮ ਵਰਗਾ ਜਿੱਥੇ ਲੋਕਾਂ ਨੇ ਆਪਣੇ ਕੋਵਿਡ-19 ਅਤੇ ਇਨਫਲੂਐਂజా ਟੀਕੇ ਲਗਵਾਉਣ ਦੇ ਲਈ ਅਪਾਇੰਟਮੈਂਟ ਬੁੱਕ ਕੀਤੀਆਂ ਹਨ ਨਵੇਂ ਆਨਲਾਈਨ ਬੁਕਿੰਗ ਸਿਸਟਮ ਦੇ ਜ਼ਰੀਏ ਲੋਕ ਆਪਣੇ ਮਾਮੂਲੀ ਬਿਮਾਰੀਆਂ ਜਾਂ ਗਰਭ ਨਿਰੋਧਕ ਲੋੜਾਂ ਤੇ ਨਜ਼ਦੀਕੀ ਫਾਰਮੇਸੀਜ਼ ਤੇ ਉਪਲਬਧ ਦੋ ਅਪਾਇੰਟਮੈਂਟ ਲੈ ਸਕਦੇ ਹਨ ਕਾਲ ਕਰਕੇ ਜਾਂ ਫਾਰਮੇਸੀ ਵਿੱਚ ਜਾ ਕੇ ਅਪਾਇੰਟਮੈਂਟ ਜਾਰੀ ਰੱਖੀਆਂ ਜਾ ਸਕਦੀਆਂ ਹਨ ਕੁਝ ਫਾਰਮੇਸੀਆਂ ਤੇ ਬਿਨਾ ਅਪਾਇੰਟਮੈਂਟ ਦੇ ਵਾਕ ਇਨ ਸੇਵਾ ਵੀ ਉਪਲਬਧ ਹੈ ਬੀਸੀ ਦੇ ਵਿੱਚ 1 ਜੂਨ 2023 ਨੂੰ ਫਾਰਮਾਸਿਸਟ ਦੀ ਪ੍ਰੈਕਟਿਸ ਤੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਸੀ ਤਾਂ ਕਿ ਉਹਨਾਂ ਨੂੰ 21 ਮਾਮੂਲੀ ਬਿਮਾਰੀਆਂ ਅਤੇ ਗਰਭ ਨਿਰੋਧਕਾਂ ਦੇ ਲਈ ਪ੍ਰਿਸਕ੍ਰਿਪਸ਼ਨ ਦੇਣ ਦੇ ਯੋਗ ਬਣਾਇਆ ਜਾ ਸਕੇ ਅਤੇ 27 ਜੂਨ 2023 ਤੱਕ 25000 ਤੋਂ ਵੱਧ ਲੋਕ ਆਪਣੇ ਮੁਲਾਂਕਣ ਦੇ ਲਈ ਕਿਸੇ ਫਾਰਮਾਸਿਸਟ ਦੇ ਕੋਲ ਜਾ ਚੁੱਕੇ ਹਨ ਅੱਜ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ ਨਵੇਂ ਹਸਪਤਾਲ ਅਤੇ ਕਲੀਨਿਕ ਲੰਬੇ ਸਮੇਂ ਤੱਕ ਲੋਕਾਂ ਦੀ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ ਪਰ ਅਸੀਂ ਅੱਜ ਵੀ ਕਾਰਵਾਈ ਕਰ ਰਹੇ ਹਾਂ ਤਾਂ ਜੋ ਲੋਕਾਂ ਵਾਸਤੇ ਉਸ ਸੰਭਾਲ ਤੱਕ ਪਹੁੰਚਣਾ ਵਧੇਰੇ ਆਸਾਨ ਹੋ ਸਕੇ ਜਿਸ ਦੀ ਉਹਨਾਂ ਨੂੰ ਹੁਣ ਲੋੜ ਹੈ 29 ਜੂਨ ਤੋਂ ਸ਼ੁਰੂ ਹੋ ਕੇ ਲੋਕ ਫਾਰਮੈਸਿਸਟ ਨੂੰ ਮਿਲਣ ਦੇ ਲਈ ਆਨਲਾਈਨ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ ਇਹ ਤੁਹਾਡੇ ਸਮੇਂ ਅਨੁਸਾਰ ਅਤੇ ਤੁਹਾਡੇ ਇਲਾਕੇ ਵਿੱਚ ਤੁਹਾਨੂੰ ਲੋੜੀਂਦੀ ਸਿਹਤ ਸੰਭਾਲ ਉਪਲਬਧ ਕਰਵਾਉਣ ਦੀ ਦਿਸ਼ਾ ਦੇ ਵੱਲ ਇੱਕ ਵੱਡਾ ਕਦਮ ਹੈ BC ਦੇ ਸਿਹਤ ਮੰਤਰੀ ਐਡਰੀਅਨ ਟਿਕਸ ਨੇ ਕਿਹਾ ਕਿ BC ਵਿੱਚ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਸਹਾਲ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਨੂੰ ਇਸ ਸੇਵਾ ਦੀ ਲੋੜ ਹੈ ਵੀਰਵਾਰ 29 ਜੂਨ 2023 ਤੋਂ ਸ਼ੁਰੂ ਹੋ ਕੇ ਫਾਰਮਾਸਿਸਟ ਨੂੰ ਮਿਲਣ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਦੇ ਲਈ ਅਤੇ ਨਵੀਆਂ ਮਾਮੂਲੀ ਬਿਮਾਰੀਆਂ ਅਤੇ ਗਰਭ ਨਿਰੋਧਕ ਸੇਵਾ ਬਾਰੇ ਜਾਣਨ ਦੇ ਲਈ www.gov.bc.ca/c a pharmacist ਤੇ ਜਾਇਆ ਜਾ ਸਕਦਾ ਹੈ